ਰੇਡੀਓ ਮਿਰਚੀ 98.3 ਐਫਐਮ ਪ੍ਰੈਜ਼ੈਂਟ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪੱਕ ਪੱਕ ਮੈਨੂੰ ਢਿੱਲੋਂ। ਸੋ ਅੱਜ ਮੈਂ ਬਾਈ ਵਾਲੀ ਸੀਟ ਤੇ ਬੈਠ ਕੇ ਆਪਾਂ ਪ੍ਰੈਂਕ ਬਣਾਵਾਂਗੇ ਅੱਜ ਰਵਨੀਤ ਦਾ। ਰਵਨੀਤ ਨੂੰ ਰਗੜ ਕੇ ਰੱਖ ਦੇਣਾ ਅੱਜ। ਦੇਖੋ ਫਿਰ ਰਵਨੀਤ ਨਾਲ ਆਪਾਂ ਕਿੱਦਾਂ ਨੰਬਰ ਡਾਇਲ ਕਰਦੇ ਹਾਂ, ਦੇਖਦੇ ਅੱਗੋ ਕੀ ਸਫਾਈਆਂ ਦਿੰਦਾ ਜੇ ਬਣਾਉਂਦੇ ਹਾਂ ਰੇਲੋ ਦੀ। ਮਿਲ ਗਿਆ ਨੰਬਰ, ਮਿਲ ਗਿਆ ਨੰਬਰ, ਮਿਲ ਗਿਆ। ਹੈਲੋ ਰਵਨੀਤ। ਹਾਂਜੀ ਵੀਰੇ, ਪੈਰੀ ਪੈਣਾ ਜੀ। ਬਿੰਨੂ ਬੋਲਦਾ। ਹਾਂਜੀ 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 ਬਾਈ, ਪੈਰੀ ਪੈਣਾ ਜੀ। ਜਿਉਂਦਾ ਰਹੇ ਜਿਉਂਦਾ ਰਹੇ। ਹੋਰ ਕਿਵੇਂ, ਠੀਕ ਹੈ? ਠੀਕ ਹੈ ਬਾਈ, ਤੁਸੀਂ ਸੁਣਾਓ ਜੀ, ਕਿੱਦਾਂ ਜੀ, ਕੀ ਹਾਲ ਚਾਲ ਜੀ? ਬੜਾ ਬਿਜੀ ਤਾਂ ਨਹੀਂ ਹੈਗਾ? ਨਾ 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 ਬਾਈ, ਤੁਹਾਡੇ ਕਰਕੇ ਬਿਜੀ ਲੈ ਬਾਈ। ਪਹਿਲਾਂ ਜੀ ਹੋਰ ਸੁਣਾਓ ਜੀ, ਇਹਦੇ ਨਾਲ ਗੱਲ ਕਰਨੀ ਸੀ ਯਾਰ। ਠੀਕ ਚੱਲਦੀ ਪ੍ਰਮੋਸ਼ਨ? ਪ੍ਰਮੋਸ਼ਨ ਤਾਂ ਠੀਕ ਹੈ, ਪਰ ਗੱਲ ਕਰਨੀ ਤੇਰੇ ਨਾਲ ਹੈਗਾ 2 ਮਿੰਟ? ਹਾਂਜੀ ਹਾਂਜੀ ਹਾਂਜੀ, ਹੁਕਮ ਕਰੋ ਬਾਈ, ਹੁਕਮ ਕਰੋ ਜੀ। ਨਾ ਮੈਨੂੰ ਇੱਕ ਗੱਲ ਦੱਸ, ਤੈਨੂੰ ਮੈਂ ਛੋਟਾ ਭਰਾ ਸਮਝਦਾ ਸੀ ਆਪਦਾ, ਹੈ ਨਾ? ਤੈਨੂੰ ਮੈਂ ਛੋਟਾ ਭਰਾ ਸਮਝਦਾ ਆਪਦਾ, ਪਰ ਮੈਨੂੰ ਤੈਨੂੰ ਤੈਨੂੰ ਮੈਂ ਫਿਲਮ ਚ ਲਿਆ, ਮੈਂ ਤੂੰ ਗਲਤੀ ਕਿਉਂ ਕਿਹਾ, ਦੱਸ ਦੇ ਬਸ ਮੇਰਾ ਕਸੂਰ ਕੀ ਹੈ। ਹਾਂਜੀ ਹਾਂਜੀ ਨਹੀਂ, ਹਾਂਜੀ ਹਾਂਜੀ ਨਹੀਂ, ਮੇਰਾ ਕਸੂਰ ਦੱਸ ਦੇ। ਮੈਂ ਤੈਨੂੰ ਫਿਲਮ ਚ ਰੋਲ ਦਿੱਤਾ ਵੀਰੇ, ਵਧੀਆ ਜਿਹੜਾ ਆਪਦੇ ਸਮਝ ਕੇ, ਹੈ ਨਾ, ਤੂੰ ਮੇਰਾ ਛੋਟਾ ਭਰਾ, ਤੂੰ ਬੜਾ ਵਧੀਆ ਕੰਮ ਕਰਦਾ, ਪਰ ਮੈਨੂੰ ਗਲਤੀ ਕਿੱਥੇ ਹੋ ਗਈ ਇਹ ਦੱਸ ਦੇ ਬਸ। ਵੀਰ ਮੇਰੇ ਤੋਂ ਕੀ ਗਲਤੀ ਹੋ ਗਈ ਜੀ? ਨਹੀਂ ਤੇਰੇ ਤੋਂ ਤਾਂ ਨਹੀਂ ਹੋਈ ਗਲਤੀ, ਤਾਂ ਮੈਨੂੰ ਲੱਗਦਾ 7 ਹੋਈ। ਤੁਸੀਂ ਵੀਰੇ ਸਾਰੇ ਪਾਸੇ ਤੁਸੀਂ ਤਾਂ ਬਦਨਾਮੀ ਕਰ ਰਹੇ ਹੋ ਮੇਰੀ। ਤੁਸੀਂ ਹਾਂ, ਤੂੰ ਵੀਰੇ ਸ਼ਰਿਆਂ ਨੂੰ ਸਾਰਿਆਂ ਨੂੰ ਕਹਿ ਰਿਹਾ ਬਿੰਨੂ ਢਿੱਲੋਂ ਦਾ ਪ੍ਰੋਡਕਸ਼ਨ ਹਾਊਸ ਮਾੜਾ ਪ੍ਰੋਡਕਸ਼ਨ ਹਾਊਸ ਹੈ, ਹੈ ਨਾ? ਕਿਸੇ ਨੂੰ ਮੈਂ ਗੱਲ ਸੁਣ, ਗੱਲ ਸੁਣ, ਮੈਂ ਰਵਨੀਤ ਗੱਲ ਸੁਣ ਪਹਿਲਾਂ ਮੇਰੀ। ਮੈਂ ਉਵੇਂ ਨਹੀਂ ਗੱਲ ਕਰਦਾ, ਮੈਨੂੰ ਸਾਰੇ ਜਿੱਥੇ ਵੀ ਮੈਨੂੰ ਕਿਸੇ ਨੇ ਦੱਸਿਆ, ਦੇਖ ਮੈਂ ਉੱਦਾਂ ਨਹੀਂ ਗੱਲ ਕਰਦਾ ਹੁੰਦਾ। ਮੈਂ ਤੈਨੂੰ ਵੀ ਪਤਾ, ਮੈਂ ਮੇਰੀ ਗੱਲ ਸੁਣ ਲਾ, ਮੈਂ ਤੱਤਾਂ ਦੀ ਗੱਲ ਕਰਦਾ ਹੁੰਦਾ, ਮੈਂ ਕਦੇ ਜ਼ਿੰਦਗੀ 'ਚ ਤਾਂ ਅੱਜ ਤਾਈਂ ਤੈਨੂੰ ਕਦੇ ਕੁਛ ਬੋਲਿਆ? ਕਦੇ ਨਹੀਂ, ਹੈਂ? ਤੇ ਜਿੰਨਾ ਮੇਰੀ ਗੱਲ ਰਵਨੀਤ, ਬਸ ਮੇਰੀ ਗੱਲ ਸੁਣ ਲਾ, ਮੈਂ ਭਰਿਆ ਬੈਠਾ, ਮੈਂ ਮੁੜ ਕੇ ਕਦੇ ਨਾ ਤੈਨੂੰ ਇਸ ਫੋਨ ਤੋਂ ਬਾਅਦ ਫੋਨ ਕਰਾਂ, ਵੀਰ ਬਣ ਕੇ ਮੇਰੀ ਗੱਲ ਸੁਣ ਲਾ ਅੱਜ। ਮੇਰਾ ਦੁੱਖ ਹੀ ਉੱਥੇ ਹੁੰਦਾ ਜਦੋਂ ਨਾਲ ਦਾ ਬੰਦਾ ਇੱਦਾਂ ਕਰਦਾ, ਹੈ ਨਾ? ਮੈਂ ਤੈਨੂੰ ਜਿੰਨੇ ਦਿਨਾਂ ਦੀ ਗੱਲ ਕੀਤੀ, ਜਿੱਡਾ ਕਰੈਕਟਰ ਦੀ ਗੱਲ ਕੀਤੀ, ਉਨਾ ਹੀ ਲੈਂਥ ਦਾ ਤੇ ਤੂੰ ਕਰੈਕਟਰ ਕਰਾਇਆ, ਤੇ ਉਹਦੇ ਪੈਸੇ ਦਿੱਤੇ ਬਕਾਇਦਾ। ਤੂੰ ਫਿਰ ਸਾਡੇ ਪ੍ਰੋਡਕਸ਼ਨ ਹਾਊਸ ਵਾਸਤੇ ਜਦੋਂ ਬਾਹਰ ਬਹਿ ਕੇ ਜਦੋਂ ਇੱਦਾਂ ਦੀਆਂ ਗੱਲਾਂ ਕਰਦਾ ਵੀ ਮਾੜਾ ਪ੍ਰੋਡਕਸ਼ਨ ਹਾਊਸ ਹੈ, ਪ੍ਰੋਫੈਸ਼ਨਲਿਜ਼ਮ ਹੈ ਹੀ ਨਹੀਂ, ਉਹਨਾਂ ਨੂੰ ਫਿਲਮ ਨਹੀਂ ਮਿਲਦਾ, ਮੇਰੀ ਗੱਲ ਸੁਣ ਲਾ ਅੱਜ ਤੂੰ ਮੇਰੀ। ਮੈਂ ਮੇਰੀ ਨਾ ਰਵਨੀਤ, ਅੱਜ ਤੂੰ ਰਵਨੀਤ ਮੇਰੀ ਗੱਲ ਸੁਣ, ਤੂੰ ਨਾ ਮੇਰੀ ਗੱਲ ਸੁਣ ਲੈ ਰਵਨੀਤ, ਰਵਨੀਤ ਜਸਟ ਰਵਨੀਤ ਮੇਰੀ ਗੱਲ ਸੁਣ ਲੈ, ਮੈਂ ਮੇਰਾ ਰੋਣ ਨਿਕਲੀ ਜਾਂਦਾ ਮੇਰਾ ਤਾਂ। ਮੈਂ ਤੈਨੂੰ ਬਾਅਦ ਦੱਸੂਗਾ, ਮੈਂ ਤੇਰੇ ਪਹਿਲਾਂ ਦਿਲ ਚ ਹੁੰਦਾ ਸੀ, ਤੂੰ ਪਰ ਅੱਜ ਮੈਨੂੰ ਲਾ ਕੇ ਸੜਕ ਤੇ ਸੜਤਾ ਮੈਂ, ਹੈ ਨਾ? ਤੂੰ ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਲੈ ਰਵਨੀਤ, ਨਾ ਬੋਲ ਨਾ ਪਹਿਲਾਂ ਮੈਨੂੰ, ਮੈਂ ਪੈਰੀ ਹੱਥ ਕਰ ਲਾਉਣਾ, ਤੂੰ ਤਾਂ ਗਲਾ ਫੜਨ ਨੂੰ ਜਾਂਦਾ ਯਾਰ, ਤੂੰ ਸਾਰੇ ਪਾਸੇ ਕਹਿੰਦਾ ਕੀ ਫਿਰਦਾ, ਦੇਖੀ ਫਿਰ ਤੂੰ ਸਾਡੇ ਪ੍ਰੋਡਕਸ਼ਨ ਹਾਊਸ ਵਾਸਤੇ ਮਾੜਾ ਬੋਲਿਆ, ਫਿਰ ਤੂੰ ਚਲੋ ਛੱਡ ਪਰਾਂ, ਜੇ ਤੂੰ ਏਡੇ ਇਮਾਨਦਾਰ ਸੀ ਆਪਣੀ ਗੱਲ ਹੋਈ ਵੀ ਮੈਂ ਤੈਨੂੰ ਭਰਾਵਾ ਸਾਰੀ ਮੇਰੀ ਫਿਲਮ ਤੂੰ ਪ੍ਰਮੋਟ, ਮੈਂ ਗੱਲ ਸੁਣ, ਮੇਰੀ ਗੱਲ ਬੋਲ ਨਾ, ਮੇਰੇ ਨਾਲ ਫੌਜੀ ਬਾਈ ਨੂੰ ਵੀ ਫੋਨ ਕਰਤਾ ਜੀ, ਨਾਲੇ ਜੱਗੀ ਬਾਈ ਨੂੰ ਵੀ ਫੋਨ ਕਰਤਾ ਜੀ, ਤੇ ਉੱਥੇ ਨਾ ਤੁਸੀਂ ਮੈਨੂੰ ਕਹਿੰਦੇ ਓਕੇ ਓਕੇ ਵੀਰੇ ਕੈਰੀ ਓਨ, ਸਾਰਾ ਮੇਰੀ ਗੱਲ ਸੁਣ ਲੈ, ਮੈਨੂੰ ਸਭ ਪਤਾ ਲੱਗਿਆ, ਤੂੰ ਆਰਾਮ ਨਾਲ ਕਿਸੇ ਨੂੰ ਇਹ ਵੀ ਦੱਸ ਕੇ ਗਿਆ, ਕਹਿੰਦਾ ਇਹੋ ਜਿਹਾ ਪ੍ਰਮੋਸ਼ਨ 50 ਹੁੰਦੀਆਂ ਨੇ, ਮੈਂ ਨਹੀਂ ਜਾਂਦਾ ਵੀ ਕੋਈ ਲੋੜ ਨਹੀਂ ਹੁੰਦੀ, ਇਹ ਤਾਂ ਇੱਕ ਦੋ ਦਿਨ, ਤੂੰ ਗੱਲ ਸੁਣ ਮੇਰਾ ਭਰਾ, ਤੂੰ ਬਾਈ ਮੇਰੀ ਇੱਕ ਮਿੰਟ ਗੱਲ ਸੁਣ ਲਓ, ਹਾਂ ਹਾਂ ਦੱਸ ਬਾਈ, ਤੁਸੀਂ ਮੈਨੂੰ ਆਪਣਾ ਛੋਟਾ ਭਰਾ ਕਹਿੰਦੇ ਹੋ, ਤੁਸੀਂ ਕਦੇ ਐਕਸਪੈਕਟ ਕੀਤਾ ਕਿ ਮੈਂ ਕਰ ਸਕਦਾ? ਦੱਸੋ ਵੀਰੇ, ਦੁਖੀ ਉੱਥੇ ਹੁੰਦਾ ਜਿੱਥੇ ਬੰਦਾ ਐਕਸਪੈਕਟ ਨਹੀਂ ਕਰਦਾ, ਜਿੱਥੇ ਤਾਂ ਬੰਦਾ ਵੀਰੇ ਮੈਂ ਨਹੀਂ ਕਿਹਾ ਜੀ, ਮੈਂ ਕੁਝ ਵੀ ਨਹੀਂ ਕਿਹਾ, ਮੈਂ ਕਿਹਨੂੰ ਕਿਹਾ ਵੀਰੇ, ਮੇਰੇ ਸਿਰ 'ਚ ਜੁੱਤੀਆਂ ਮਾਰਾਂ ਜੀ ਮੈਂ ਵੀਰੇ, ਤੁਸੀਂ ਮੇਰੇ ਵੱਡੇ ਭਰਾ ਹੋ ਵੀਰੇ, ਮੈਂ ਤਾਂ ਚਾਅ ਹੀ ਬਹੁਤ ਹੈ ਵੀਰੇ ਤੁਹਾਡੀ ਫਿਲਮ ਦੇ ਵਿੱਚ, ਮੈਂ ਹਿੱਸਾ ਬਣ ਗਿਆ, ਮੈਨੂੰ ਤਾਂ ਲੋਕ ਕਹਿੰਦੇ ਫਿਰਦੇ ਨੇ ਕਿ ਭਰਾ ਵਾ ਤੇਰੀ ਚੜ੍ਹਾਈ ਹੈ, ਯੇ ਹੈ, ਵੋ ਹੈ, ਭਾਜੀ ਕਿਹਨੂੰ ਕਿਹਾ ਭਾਜੀ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਲੋਕ ਮੈਨੂੰ ਤੇ
ਮੇਰੀ ਗੱਲ ਸੁਣ, ਮੈਂ ਤੇਰੇ, ਮੈਂ ਨਾ ਪਤਾ ਰਵਨੀਤ ਮੈਂ ਗੱਲ ਨੀ ਕਰਦਾ ਹੁੰਦਾ, ਮੈਂ ਵਾਇਦਾ ਤੱਤਾਂ ਤੇ ਲੜਨ ਵਾਲਾ ਬੰਦਾ, ਮੈਂ ਤੂੰ ਤੇਰੇ ਮੂਹਰੇ ਬੰਦਾ ਲੈ ਕੇ ਆਉਂਦਾ, ਫਿਰ ਤੂੰ ਮੁੜ ਕੇ ਚੱਲ ਛੱਡ ਪਰਾ, ਪਰਸੋਂ ਆਪਾਂ ਇੱਥੇ ਆਉਣਾ ਸੀਗਾ, ਤੂੰ ਜਾਣ ਕੇ ਕਿਸ ਤੋਂ ਫੋਨ ਕਰਾਇਆ ਵੀ ਤੇਰੀ ਹੋਰ ਪਾਸੇ ਸ਼ੂਟਿੰਗ ਚੱਲਦੀ ਹੈ, ਮੈਂ ਨਹੀਂ ਆ ਸਕਦਾ, ਤੂੰ ਮੈਨੂੰ ਸਟਾਰ ਟਾਈਪ ਫੀਲ ਕਰ, ਮੇਰਾ ਛੋਟਾ ਭਰਾ ਬਣ ਕੇ ਨਹੀਂ ਆ ਰਿਹਾ, ਸਟਾਰ ਟਾਈਪ ਫੀਲਿੰਗ ਮੈਨੂੰ ਦੇ ਰਿਹਾ, ਮੈਨੂੰ ਤੇਰੇ ਕੋਲ ਔਰਾ ਪਹਿਲਾਂ ਛੋਟੇ ਭਰਾ ਵਾਲਾ ਫੀਲ ਆਉਂਦਾ ਸੀ, ਤੂੰ ਤਾਂ ਮੈਨੂੰ ਸਟਾਰ ਬਣ ਕੇ ਦਿਖਾਤਾ, ਤੂੰ ਮੇਰੇ ਸਿਰ ਤੇ ਬੈਠਾ ਫਲਾਣਾ, ਮੈਨੂੰ ਮੈਨੂੰ ਕਹਿੰਦਾ, ਮੈਨੂੰ ਗੱਲ ਸੁਣ, ਮੇਰੀ ਗੱਲ ਸੁਣ, ਵੀਰੇ ਮੈਂ ਤਾਂ ਤੁਹਾਡੇ ਤੋਂ ਬਹੁਤ ਡਰਦਾ ਵੀਰੇ, ਮੈਂ ਤਾਂ ਹੀ ਤਾਂ ਫੌਜੀ ਬਾਈ ਨੂੰ ਫੋਨ ਕਰਦਾ, ਵੀ ਤੁਹਾਡੇ ਤੋਂ ਮੈਨੂੰ ਡਰ ਲੱਗਦਾ ਵੀਰੇ, ਐ ਨਾ ਕਹੋ ਜੀ ਵੀਰੇ, ਵੀਰੇ ਮੈਂ ਤੁਹਾਨੂੰ ਐ ਕਹਿੰਦਾ ਵੀ ਜਿਹੜਾ ਕੁੱਟਣਾ ਕੁੱਟ ਲਓ, ਜਿਹੜਾ ਬਾਈ, ਪਰ ਮੇਰੀ ਗੱਲ ਤੋਂ ਗਲਤੀ ਵੀ ਹੈ ਨਹੀਂ ਬਾਈ ਮੇਰੀ ਕੋਈ, ਮੈਂ ਕਿਸੇ ਨੂੰ ਪ੍ਰੋਡਕਸ਼ਨ ਹਾਊਸ, ਮੇਰਾ ਆਪਣਾ ਪ੍ਰੋਡਕਸ਼ਨ ਹਾਊਸ ਹੈ ਬਾਈ, ਟੋਰ ਨਾ ਮੈਂ ਵੈਲਿਡਿਟੀ 'ਚ ਬੈਠਾ ਰਿਹਾ ਜੀ ਉੱਥੇ। ਰਵਨੀਤ ਤੂੰ ਇਹ ਵੀ ਕਿਹਾ, ਕਹਿੰਦਾ ਮੇਰਾ ਤਾਂ ਜਿਹੜੇ ਬੰਦੇ ਨੇ ਮੈਨੂੰ ਦੱਸਿਆ, ਕਹਿੰਦੇ ਮੇਰਾ ਰੋਲ ਐਡਾ ਵੱਡਾ ਸੀ, ਜਾਣ ਕੇ ਇਹਨਾਂ ਨੂੰ ਡਰ ਸੀ, ਆ ਮੇਰਾ ਰੋਲ ਘਟਾਤਾ ਵਿੱਚੋਂ, ਦੱਸ ਮੈਂ ਕਿਹੜਾ ਰੋਲ ਘਟਾਤਾ, ਦੱਸ ਬਾਈ ਮੇਰੇ ਮੂੰਹ ਤੇ ਬੰਦਾ ਤਾਂ ਕਰ ਦੋ ਜੀ, ਮੈਂ ਬਕਾਇਦਾ ਵੀਰੇ ਬੰਦਾ ਕਰੂੰਗਾ, ਬਕਾਇਦਾ ਬੰਦਾ ਕਰੂੰ, ਫਿਰ ਕਹਿੰਦਾ ਪਹਿਲੇ ਇੱਕ ਵੀਰੇ ਇੱਕ ਦਿਨ ਤੂੰ ਸਾਡੇ ਨਾਲ ਲਾ ਕੇ ਗਿਆ, ਉਹ ਬੰਦੇ ਨੇ ਤਾਂ ਸਾਨੂੰ ਇੱਥੇ ਤੱਕ ਦੱਸਤਾ, ਕਹਿੰਦਾ ਦੱਸ ਆਹ, ਕਹਿੰਦਾ ਆਹ ਹੋਟਲਾਂ 'ਚ ਰੱਖ ਲਿਆ, ਕਹਿੰਦਾ ਮੈਨੂੰ ਮੈਂ ਫਾਈਵ ਸਟਾਰ ਵਾਲਾ ਬੰਦਾ, ਕਹਿੰਦਾ ਮੈਂ ਇੱਥੇ ਤੁਰਿਆ ਫਿਰੂੰਗਾ, ਕਹਿੰਦਾ ਇਹਨਾਂ ਨਾਲ ਤੁਰਿਆ, ਕਹਿੰਦਾ ਲਈ ਫਿਰਦੇ ਨੇ ਘੜੀਸੀ ਫਿਰਦੇ ਨੇ, ਇਹ ਥੋੜ੍ਹਾ ਹੁੰਦਾ, ਕਹਿੰਦਾ ਜਿਹਨੇ ਦੇਖਣਾ ਉਹਨੇ ਦੇਖਣੇ ਆ, ਸਾਨੂੰ ਤਾਂ ਇੱਥੇ ਤੱਕ ਕਹਿਤਾ, ਕਹਿੰਦਾ ਕਹਿੰਦਾ ਸਾਡੇ ਤਾਂ ਪੈਸੇ ਵੀ ਦੱਬੇ ਨੇ ਅੱਧੇ, ਗਾਲੀ ਗਲੋਚ ਵੀ ਕੀਤੀ ਆ ਉਹ ਬੰਦੇ ਕੋਲੇ ਮੇਰੇ ਬਾਰੇ, ਮੇਰੇ ਬਾਰੇ ਇਹੋ ਜਿਹੇ ਸ਼ਬਦ ਬੋਲੇ ਨੇ, ਹੁਣ ਮੈਂ ਦੱਸ ਨਹੀਂ ਸਕਦਾ ਤੈਨੂੰ, ਮੈਂ ਤਾਂ ਭਰਿਆ ਬੈਠਾ ਯਾਰ ਬਾਈ, ਆਪਣੇ ਪਿਓ ਦਾ ਨੀ, ਮੈਂ ਤੈਨੂੰ ਰਵਨੀਤ, ਮੈਂ ਤਾਂ ਯਾਰ ਪਹਿਲੀ ਵਾਰੀ ਪਛਤਾਉਣਾ ਵੀ ਆਪਦਾ ਪ੍ਰੋਡਕਸ਼ਨ ਹਾਊਸ ਨਾ, ਹੈਲੋ 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 ਰਵਨੀਤ, ਖੜ ਜਾ ਰਵਨੀਤ, ਇੱਕ ਮਿੰਟ ਰੋ ਨਾ, ਦੇਖ ਮੈਂ, ਮੇਰਾ ਵੀ ਰੋਣਾ ਨਿਕਲ ਜਾਂਦਾ ਇੱਥੇ, ਮੇਰਾ ਵੀ ਬਹੁਤ ਬੁਰਾ ਹਾਲ ਹੈ, ਪਰ ਇੱਕ ਮਿੰਟ ਮੈਂ ਤੈਨੂੰ ਦੱਸਦਾ, ਆ ਮੈਂ ਤੇਰੇ ਮੂਹਰੇ ਬੰਦਾ ਕਰਦਾ, ਮੇਰੇ ਕੋਲੇ ਖੜਾ ਰਾਜੂ ਨਾਲ ਗੱਲ ਕਰ ਲੈ, ਰਾਜੂ ਹੈ ਜਿਹਦੇ ਕੋਲੇ ਤਾਂ ਸਾਰੀਆਂ ਗੱਲ, ਆ ਲੈ ਗੱਲ ਕਰ, ਇੱਕ ਮਿੰਟ ਰਾਜੂ ਨਾਲ ਗੱਲ ਕਰ ਲੈ, ਆ ਲੈ ਰਾਜੂ ਨਾਲ ਗੱਲ, ਰਾਜੂ ਨਾਲ ਗੱਲ ਕਰ। ਹੈਲੋ ਰਵਨੀਤ ਵੀਰੇ, ਯਾਰ ਤੂੰ ਉਧਰ ਖਾਧੀ ਪੀਤੀ ਕਿਹਾ ਤਾਂ ਰਿਹਾ ਏ, ਮੈਂ ਵੀਰੇ ਰਾਜੂ, ਕਿਹੜਾ ਰਾਜੂ, ਕਿੱਥੋਂ ਰਾਜੂ, ਉਦਣ ਦਾਰੂ ਪੀ ਕੇ ਤੂੰ ਕਿਹਾ ਨੀ ਏਦਾਂ ਪੈਸੇ ਮਾਰ ਲਏ ਵੀਰੇ, ਯਾਰ ਮੈਂ ਚਪੇੜਾ ਲਾਉਣੀ ਆ ਤੇਰੇ ਭੈਣ ਲਾਉਣੀ, ਕਿਹੜਾ ਰਾਜੂ, ਕੌਣ ਰਾਜੂ ਯਾਰ, ਮੈਂ ਨੀ ਤੇਰੀ ਗੱਲ ਕਰਾਣੀ, ਤੂੰ ਬੰਦਾ ਕੋਈ, ਜਿਸ ਬੰਦੇ ਨੇ ਤੈਨੂੰ ਕੰਮ ਦਿੱਤਾ ਤੂੰ ਉਹਦੇ ਬਾਰੇ ਬੋਲਣ ਡਿਆ, ਤੂੰ ਕੌਣ ਯਾਰ, ਯਾਰ ਤੂੰ ਛੱਡ ਯਾਰ, ਤੂੰ ਲਾਇਕ ਨੀ ਇਹਨਾਂ ਦੇ, ਤੇਰੇ ਨਾਲ ਨੀ ਗੱਲ ਕਰਨੀ ਉਹਨਾਂ ਨੇ, ਕਿਹੜਾ ਰਾਜੂ, ਰਾਜੂ ਕੌਣ ਯਾਰ, ਤੂੰ ਕਿੱਥੋਂ ਕਿਹੜਾ ਰਾਜੂ ਆ ਗਿਆ ਯਾਰ, ਮਾੜੇ ਤੂੰ ਕਹੀ ਨਾ, ਮੈਂ ਸ਼ਰਾਬ ਪੀਤੀ ਬੋਲਿਆ, ਤੂੰ ਬਾਈ ਨਾਲ ਗੱਲ ਕਰਾ ਯਾਰ, ਤੂੰ ਤੂੰ ਗਾਣਾ ਸੁਣੇਗਾ, ਹੈਲੋ, ਉਹ ਨੀ ਗੱਲ ਕਰਦੇ, ਗੱਲ ਮੈਂ ਕਰਾ ਦੂੰਗਾ, ਪਰ ਤੈਨੂੰ ਬੋਲਣਾ ਪੈਣਾ ਤਾਂ ਗੱਲ ਕਰਾਉਂਗਾ, ਕੀ ਬੋਲਣਾ ਪੈਣਾ, ਕਿੱਥੋਂ ਬੋਲਦਾ ਤੂੰ, ਮੈਂ ਕਹਿ ਰਿਹਾ ਵੀ ਕਿੱਥੋਂ ਬੋਲਦਾ ਤੂੰ ਦੱਸ, ਰੇਡੀਓ ਨੂੰ ਤੂੰ ਨਾਲ ਸ਼ਰਾਬ ਪੇਜ ਪੈ ਅਗਲੇ ਬੰਦੇ ਨੂੰ ਕਰ ਰਿਹਾ, ਜਦੋਂ ਮੈਂ ਤੇ ਮੇਰਾ ਲੈਵਲ ਹੀ ਨਹੀਂ ਹੈਗਾ ਤੇਰੇ ਨਾਲ ਗੱਲ ਕਰਨਾ, ਤੂੰ ਮੇਰੇ ਬਾਈ ਨਾਲ ਗੱਲ ਕਰਾ, ਮੈਨੂੰ ਪਤਾ ਤੇਰਾ ਲੈਵਲ ਥੱਲੇ ਆ, ਆਓ ਥੱਲੇ ਆ ਯਾਰ, ਮੇਰੀ ਬੰਦੇ ਨਾਲ ਮੇਰੇ ਜਿਹਦੇ ਕਰਕੇ ਮੈਂ ਤੁਰਿਆ ਫਿਰਦਾ ਉਹਦੇ ਨਾਲ ਗੱਲ ਕਰਾ ਦੇ ਯਾਰ, ਮੇਰੀ ਬਹੁਤ ਗਾਲੀ ਗਲੋਚ ਕੀਤੀ, ਤਾਂ ਇੱਕ ਮਿੰਟ ਗੱਲ ਕਰ, ਪੱਕ ਪੱਕ ਦੀਪਕ ਦੇ ਨਾਲ ਮੈਂ ਰੇਡੀਓ ਤੋਂ ਬੋਲ ਰਿਹਾ, ਇੱਥੋਂ
ਰਵਨੀਤ ਰਵਨੀਤ ਹਾਂਜੀ ਮਿਰਚੀ ਮੁਰਗਾ ਬਣ ਗਿਆ ਓਏ ਤੂੰ ਤਾਂ ਬਹੁਤ ਗਾਲਾਂ ਕੱਢਦਾ ਓਏ ਔਰ ਮੈਂ ਪਰ ਮੇਰੀ ਗੱਲ ਸੁਣ ਹੁਣ ਫਿਲਮ ਚਾਹੇ ਦੇਖ ਲਈ ਪਰ ਕਿਸੇ ਬਾਰੇ ਮੰਦਾ ਨੀ ਕਰਨਾ ਚਾਹੀਦਾ ਯਾਰ ਲਵ ਯੂ ਲਵ ਯੂ ਰਵਨੀਤ ਲਵ ਯੂ ਯਾਰ ਥੈਂਕ ਯੂ ਸੋਰੀ ਸੋਰੀ ਤੇਰਾ ਮੁਰਗਾ ਬਣਾਇਆ ਨਾ 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 ਜਿਉਂਦਾ ਰਹਿ ਮੇਰਾ ਵੀਰ ਜਿਉਂਦਾ ਰਹਿ ਲਵ ਯੂ ਥੈਂਕ ਯੂ ਸੋ ਮਚ ਥੈਂਕ ਯੂ ਮਿਲਦੇ ਆਪਾਂ ਖਾਸੇ ਜਾਣੇ ਤੈਨੂੰ ਮਿਲਦੇ ਫੋਨ ਕਰਦੇ ਬਾਹਰ ਨਿਕਲ ਗਏ ਰਿਲੈਕਸ ਹੋ ਜਾ ਥੈਂਕ ਯੂ ਬਾਏ ਬਾਏ ਲਵ ਯੂ ਬਾਏ ਬਾਏ ਬਾਏ